ਵੱਡੀ ਖਬਰ ਆ ਰਹੀ ਹੈ ਜਿੱਥੇ ਦੋ ਭਰਾਵਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਸਕੇ ਭਰਾਵਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ, ਇੱਕ ਭਰਾ ਦੀ ਮੌਤ ਹੋ ਗਈ ਹੈ। ਪਿੰਡ ਦੇ ਵਿੱਚ ਹੀ ਝਗੜਾ ਹੋਇਆ ਏ ਤੇ ਇਲਜ਼ਾਮ ਪਿੰਡ ਦੇ ਸਰਪੰਚ ਤੇ ਲੱਗੇ ਨੇ ਕਿ ਉਸਨੇ ਬਾਹਰ ਤੋਂ ਬੰਦੇ ਬੁਲਾ ਕੇ ਇੱਕ ਘਰ ਤੇ ਹਮਲਾ ਕਰ ਦਿੱਤਾ, ਅੰਨੇਵਾਹ ਫਾਇਰਿੰਗ ਕਰ ਦਿੱਤੀ ਜਿਸ ਦੇ ਵਿੱਚ ਦੋ ਭਰਾਵਾਂ ਦੇ ਗੋਲੀਆਂ ਲੱਗੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਖਬਰ ਅੰਮ੍ਰਿਤਸਰ ਦੇ ਹਲਕਾ ਅਟਾਰੀ ਤੋਂ ਹੈ, ਜਿੱਥੋਂ ਦੇ ਰਹਿਣ ਵਾਲੇ ਕਰਮਜੀਤ ਸਿੰਘ ਤੇ ਇਲਜ਼ਾਮ ਲੱਗੇ ਨੇ ਕਿ ਉਸ ਨੇ ਬੱਬੀ ਸਰਪੰਚ ਅਤੇ ਉਸਦੇ ਬੇਟੇ ਦੇ ਨਾਲ ਮਿਲ ਕੇ ਤਿੰਨ ਚਾਰ ਹੋਰ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਅੰਨੇਵਾਹ ਫਾਇਰਿੰਗ ਕਰ ਦਿੱਤੀ। ਦੋ ਭਰਾਵਾਂ ਤੇ ਹਮਲਾ ਕੀਤਾ, ਇੱਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ, ਦੂਜਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਦੱਸ ਦਈਏ ਕਿ ਪੁਲਿਸ ਮਾਮਲੇ ਦੀ ਜਾਂਚ ਦੀ ਗੱਲ ਆਖ ਰਹੀ ਹੈ ਅਤੇ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਹਨਾਂ ਦੇ ਨਾਲ ਝਗੜਾ ਸੀ। ਦੱਸ ਦਈਏ ਕਿ ਇਲਜ਼ਾਮ ਇਹ ਵੀ ਨੇ ਕਿ ਦੂਜੀ ਧਿਰ ਨਸ਼ੇ ਵੇਚਣ ਦਾ ਕੰਮ ਕਰਦੀ ਹੈ ਅਤੇ ਕਾਂਗਰਸ ਦੇ ਨਾਲ ਸੰਬੰਧਿਤ ਹੈ ਅਤੇ ਇਹ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ, ਇਹ ਅਜਿਹਾ ਕਰਨ ਤੋਂ ਰੋਕਦੇ ਸੀ ਜਿਸ ਕਰਕੇ ਉਹਨਾਂ ਨੇ ਇਹਨਾਂ 'ਤੇ ਫਾਇਰਿੰਗ ਕਰ ਦਿੱਤੀ ਹੈ, ਜਿਸ ਦੇ ਵਿੱਚ ਇੱਕ ਭਰਾ ਦੀ ਮੌਤ ਹੋ ਗਈ ਹੈ, ਦੂਜਾ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਮੇਰਾ ਨਾਂ ਬਿਕਰਮ ਸਿੰਘ ਹੈ ਜੀ। ਕੀ ਗੱਲ ਹੋਈ? ਮੇਰਾ ਨਾਂ ਬਿਕਰਮ ਸਿੰਘ, ਪਿੰਡ ਰਣਗੜ੍ਹ। ਹਾਂਜੀ, ਕਰਮਜੀਤ ਆ ਜੀ, ਬਿਜਲੀ ਮਹਿਕਮੇ ਦੇ ਵਿੱਚ। ਹਾਂਜੀ, ਉਹਨੇ ਅਤੇ ਇੱਕ ਸਰਪੰਚ ਦਾ ਮੁੰਡਾ, ਉਹਨੇ ਦੋਵਾਂ ਨੇ ਗੋਲੀ ਮਾਰੀ ਆ ਅਤੇ ਸ਼ਹਿ ਜਿਹੜੀ ਹੈ ਅਮਨ ਸਰਪੰਚ ਦਿੰਦਾ, ਕਾਂਗਰਸੀ ਚਿੱਟਾ ਵੇਚਦੇ ਆ, ਹਥਿਆਰ ਇਹਨਾਂ ਕੋਲ ਨਜਾਇਜ਼ ਆ ਅਤੇ ਹੁਣ ਇਹਨਾਂ ਦਾ ਛੱਡਣ ਨੂੰ ਦਿਲ ਨਹੀਂ ਕਰਦਾ। ਵੀ ਸਰਕਾਰ ਜਿਹੜੀ ਹੁਣ ਝਾੜੂ ਵਾਲੀ ਆ, ਸਾਡੇ ਬੱਚੇ ਜਿਹੜੇ ਨੇ ਉਹ ਝੰਡੇ ਚੁੱਕ ਕੇ ਲੱਗੇ ਨੇ ਅਤੇ ਅੱਜ ਇਹਨਾਂ ਨੇ ਗੋਲੀ ਮਾਰਤੀ ਹੈ। ਕੋਈ ਪੁਰਾਣੀ ਰੰਜਿਸ਼ ਹੈ? ਕਿਸ ਕਾਰਨ ਨਹੀਂ ਜੀ ਗੋਲੀ ਮਾਰੀ ਹੈ ਜੀ? ਇੱਕ ਮੇਰੇ ਛੋਟੇ ਬ੍ਰਦਰ ਦੇ ਆ ਜੀ, ਉਹ ਅਸੀਂ ਰਸਤੇ 'ਚ ਆ ਰਹੇ ਹਾਂ ਅਤੇ ਉਹਦੇ ਵੀ ਪਿੱਛੋਂ ਉਹਨਾਂ ਨੇ ਮਾਰ ਦਿੱਤੀ ਹੈ। ਕਦੋਂ ਦਾ ਵਾਕਿਆ, ਕਿੰਨੇ ਵਜੇ ਦਾ ਵਾਕਿਆ ਜਦੋਂ ਗੋਲੀ ਮਾਰੀ? ਸਾਢੇ ਕਿੰਨਾ ਟਾਈਮ ਹੋ ਗਿਆ? 9 ਵਜੇ ਦਾ ਜੀ। ਤੋਂ ਮੌਕੇ ਤੇ ਪੁਲਿਸ ਨੂੰ ਜਾਂਚ ਦਿੱਤੀ ਆ ਜੀ, ਘਰੇਂਡੇ ਮੁੜ ਕੇ ਗਏ ਆ ਕਿਤੇ, ਸਾਡੇ ਆਉਣ ਤੋਂ ਬਾਅਦ ਪੁਲਿਸ ਗਈ ਆ, ਪਤਾ ਨਹੀਂ ਹੁਣ ਸਾਨੂੰ ਤੇ ਅਸੀਂ ਇੱਥੇ ਹੁਣ ਕੀ ਮੰਗ ਕੀ ਕਰਦੇ ਭਾਅ ਜੀ ਤੁਸੀਂ? ਪਰਚਾ ਹੋਣਾ ਚਾਹੀਦਾ ਜੀ ਇਹਨਾਂ ਨੂੰ। ਕਿੰਨੇ ਬੰਦੇ ਸੀ ਜਿਨ੍ਹਾਂ ਦੇ ਤੁਹਾਡੇ ਦੇ ਬੰਦੇ ਆਨੇ ਵਾ ਆਏ ਆ ਜੀ? ਗੋਲੀਆਂ ਫਾਇਰਿੰਗ ਜਿਹੜੀ ਆ, ਕੋਈ ਸਾਹਮਣੇ ਸੀਸੀਟੀਵੀ ਵਗੈਰਾ ਸਾਹਮਣੇ ਆਈ? ਕੋਈ ਸੀਸੀਟੀਵੀ ਨਹੀਂ ਆ, ਨਹੀਂ ਕੈਮਰਾ ਨਹੀਂ ਜੀ ਹੈਗਾ ਉੱਥੇ। ਕੀ ਮਾਮਲਾ ਜੀ? ਹਾਂਜੀ, ਨਾਮ ਮੇਰਾ ਸ਼ਮਸ਼ੇਰ ਸਿੰਘ ਜੀ। ਮਾਮਲਾ ਇਹ ਹੈ ਜੀ, ਕੱਲ੍ਹ ਜਿਹੜੇ ਕਰਮਜੀਤ ਸਿੰਘ ਹੈ, ਇਹ ਇੱਕ ਤਾਂ ਸਰਕਾਰੀ ਮੁਲਾਜ਼ਮ ਹੈ ਅਤੇ ਪੋਲੀਟੀਸ਼ਨ ਮਾਮਲੇ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ ਕਰਦਾ ਵਾ। ਜਿਸ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਕੋਈ ਵੀ ਪਿੰਡ ਦਾ ਲੜਾਈ ਝਗੜਾ ਹੁੰਦਾ ਵਾ, ਇਹਨੇ ਵਿੱਚ ਦਖਲਅੰਦਾਜ਼ੀ ਦੇਣੀ ਹੁੰਦੀ ਹੈ। ਇਹ ਲਾ ਲਓ ਕਿ ਸਰਕਾਰੀ ਮੁਲਾਜ਼ਮ, ਇਹਦਾ ਤਾਂ ਬਣਦਾ ਨਹੀਂ ਆ ਪੋਲੀਟੀਸ਼ਨ ਮਸਲਿਆਂ ਦੇ ਵਿੱਚ ਆਉਣਾ, ਅਤੇ ਸਵੇਰੇ ਕੋਈ ਮਾਮੂਲੀ ਤਕਰਾਰ ਹੋਈ ਹੈ ਸਾਡੀ, ਅਤੇ ਜਿਹਦੇ ਕਾਰਨ ਨਾ ਮਤਲਬ ਹਥਿਆਰ ਲੈਂਦੇ ਨਾ, ਬੱਬੀ ਸਰਪੰਚ ਆ, ਬੱਬੀ ਸਰਪੰਚ ਦਾ ਮੁੰਡਾ ਵਾ, ਇਹ 3-4 ਹਥਿਆਰ ਲੈ ਕੇ ਆਏ ਆ, ਅਤੇ ਕਰਮਜੀਤ ਨੇ ਪਹਿਲੀ ਫਾਇਰਿੰਗ ਕਰਮਜੀਤ ਨੇ ਕੀਤੀ ਆ, ਉਹ ਡੈਡੀ ਦੇ ਜਾ ਕੇ ਪੱਟ 'ਤੇ ਲੱਗੀ ਹੈ, ਅਤੇ ਦੂਜੀ ਫਾਇਰਿੰਗ ਜਿਹੜੀ ਆ ਉਹ ਬੱਬੀ ਸਰਪੰਚ ਦੇ ਮੁੰਡੇ ਨੇ ਕੀਤੀ ਆ, ਉਹ ਚਾਚਾ ਜੀ ਦੇ ਲੱਗੀ, ਪੇਟ 'ਤੇ ਗੋਲੀ ਲੱਗੀ ਆ, ਉਹਨਾਂ ਦੀ ਕੰਡੀਸ਼ਨ ਜਿਹੜੀ ਸੀਰੀਅਸ ਆ ਕਾਫੀ, ਅਤੇ ਨਾ ਪਰੀ ਤਾਂ ਐਡਮਿਟ ਆ ਉਹ। ਹੁਣ ਕੀ ਮੰਗ ਕੀ ਕਰਦੇ ਭਾਅ ਜੀ ਤੁਸੀਂ? ਮੰਗ ਇਹ ਜੀ, ਮਤਲਬ ਕਿ ਬਹੁਤ ਜ਼ਿਆਦਾ ਇਹਨਾਂ ਦਾ ਕਾਲਾ ਕਾਰੋਬਾਰ ਹੈ, ਚਿੱਟੇ ਦਾ ਕੰਮ ਇਹਨਾਂ ਦਾ ਬਹੁਤ ਜ਼ਿਆਦਾ, ਅਤੇ ਸਾਰਾ ਪਿੰਡ ਨੂੰ ਪਤਾ ਵਾ, ਸਾਰੇ ਇਲਾਕੇ ਨੂੰ ਪਤਾ ਕਿ ਰਣਗੜ੍ਹ ਕਿੰਨਾ ਬਦਨਾਮ ਹੈ ਨਸ਼ੇ ਦੇ ਵਿੱਚ, ਅਤੇ ਸਾਰਾ ਕੰਮ ਇਹ ਸਰਪੰਚ ਕਰਵਾਉਂਦਾ ਜੀ। ਸਰਪੰਚ ਦਾ ਮੁੰਡਾ ਸ਼ਰਿਆਮ ਪਹਿਲਾਂ ਵੀ ਗੋਲੀਆਂ ਚਲਾ ਚੁੱਕਿਆ, ਆਹ 2 ਮਹੀਨੇ ਪਹਿਲਾਂ ਦੀ ਵਾਰਦਾਤ ਹੈ, ਪਹਿਲਾਂ ਵੀ ਇਹਨਾਂ ਗੋਲੀ ਚਲਾਈ ਰਣੀਆ ਦੇ ਬੰਦੇ ਨੇ, ਜਿਨ੍ਹਾਂ 'ਤੇ ਗੋਲੀ ਚਲਾਈ ਹੈ, ਅਤੇ ਉਦੋਂ ਵੀ ਇਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਆ ਹੁਣ ਫਿਰ ਇਹਨਾਂ ਮਤਲਬ ਕਿ ਜਦੋਂ ਪਹਿਲਾਂ ਜੇ ਕਾਰਵਾਈ ਹੁੰਦੀ ਤਾਂ ਆਹ ਕੰਮ ਨਾ ਬਣਦਾ, ਹੁਣ ਫਿਰ 2 ਬੰਦੇ ਸਾਡੇ ਗੋਲੀ ਚੱਲੀ ਹੈ ਅਤੇ ਕੁਛ ਜਿਹੜੇ ਮਤਲਬ ਗੋਲੀਆਂ ਲੱਗਣ ਤੋਂ ਮਾਹ ਬਚਾ ਹੋਇਆ। ਜਿਹੜੇ ਹਥਿਆਰ ਹੈ, ਲਾਇਸੈਂਸ ਹੈ ਕਿ ਉਸ? ਨਹੀਂ ਨਹੀਂ, ਨਜਾਇਜ਼ ਹਥਿਆਰ ਹੈ ਜੀ, ਪਹਿਲਾਂ ਵੀ ਇਹਨਾਂ ਕੋਲ ਨਜਾਇਜ਼ ਹਥਿਆਰ ਹੈ, 3-4 ਪਹਿਲਾਂ ਵੀ ਹੈਗੇ, 3-4 ਅੱਜ ਲੈ ਗਏ, ਘਰ ਵੀ ਗਏ, ਗੱਡੀ ਵੀ ਭੰਨੀ ਹੈ ਸਾਡੀ, 2 ਗੱਡੀਆਂ ਭੰਨੀਆਂ ਵਾਂ, ਅਤੇ ਘਰ ਆ ਕੇ ਵੀ ਪਏ ਆ। ਹਮਲਾ ਕਿਸ ਕਾਰਨ ਕੀਤਾ? ਕੀ ਤੁਹਾਨੂੰ ਕੀ ਪੁਰਾਣੀ ਰੰਜਿਸ਼ ਹੈ ਜਾਂ ਕੀ? ਪੁਰਾਣੀ ਰੰਜਿਸ਼ ਨਹੀਂ, ਪਹਿਲਾਂ ਇਹ ਜੀ ਰਾਤ 12 ਵਜੇ ਸਾਡੇ ਘਰ ਆਏ ਆ,
ਤੇ ਨਾਲ ਸਾਡੇ ਚਾਚਾ ਜੀ ਉਹਨਾਂ ਦੇ ਘਰ ਮਤਲਬ ਗਾਲਾਂ ਗੁਲਾਂ ਕੱਢ ਕੇ ਗਏ ਨਾ ਸਾਨੂੰ। ਕਿੰਨੀ ਤਰੀਕ ਦਾ ਵਾਕਿਆ ਜੀ ਇਹ? ਕੱਲ੍ਹ ਦੀ ਗੱਲ ਹੈ ਜੀ, ਕੱਲ੍ਹ ਰਾਤ ਦੀ ਬੀਤੀ ਰਾਤ ਦੀ ਗੱਲ ਹੈ ਜੀ। ਇਹ ਪਹਿਲਾਂ ਘਰ ਗਾਲਾਂ ਗੁਲਾਂ ਕੱਢ ਕੇ ਗਏ ਸਾਡੇ ਵੀ, ਸਵੇਰੇ ਜਦੋਂ ਇਹ ਪੁੱਛਣ ਗੱਲਬਾਤ ਕਰਨ ਗਏ ਆ ਉਦੋਂ ਇਹਨਾਂ ਬੰਦੇ ਬੁਲਾ ਲਏ ਜੀ ਹਥਿਆਰਾਂ ਦੇ ਨਾਲ, ਤੇ ਇਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਹਾਂਜੀ ਬੰਦੇ ਹੈਗੇ ਜੀ, ਕਿਹੜਾ ਜਿਨ੍ਹਾਂ ਤੋਂ ਲੜਾਈ ਸਟਾਰਟ ਹੋਈ ਉਹ ਸਤਨਾਮ ਸਿੰਘ ਹੈ ਜੀ, ਤੇ ਕਰਮਜੀਤ ਜਿਹੜਾ ਸਰਕਾਰੀ ਮੁਲਾਜ਼ਮ ਹੈ, ਜਿਹੜੇ ਮੇਨ ਮੁਦਰਮ ਹੈ ਸਾਡੇ, ਜਿਨ੍ਹਾਂ ਸਾਡੇ ਸਾਹਮਣੇ ਗੋਲੀ ਮਾਰੀ ਹੈ, ਤੇ ਇੱਕ ਬੱਬੀ ਦਾ ਮੁੰਡਾ ਸਰਪੰਚ ਦਾ, ਬੱਬੀ ਸਰਪੰਚ ਵੀ ਹੈ ਜੀ, ਤੇ ਜਿਹੜਾ ਇਹਨਾਂ ਦਾ ਮਤਲਬ ਜਿਹੜਾ ਸਾਰਾ ਮੋਢੀ ਹੈ ਉਹ ਹੈਗਾ ਜੀ ਅਮਨ ਸਰਪੰਚ ਹੈ। ਹਾਂਜੀ ਮੌਕੇ ਤੇ ਨਹੀਂ ਆਉਣਾ, ਵੇਖੋ ਹੁਣ ਖਬਰ ਮਿਲੀ ਹੈ ਜੀ ਸਾਡੇ ਚਾਚੇ ਦੀ ਡੈਥ ਹੋ ਗਈ ਹੈ, ਜਿਨ੍ਹਾਂ ਦੀ ਗੋਲੀ ਵਜੇ ਡੈਥ ਹੋ ਗਈ ਹੈ ਇਹਨਾਂ ਦੀ ਚਾਚੇ। ਹਾਂਜੀ